ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਸ਼ੇਰਪੁਰ ਫਲਾਈਓਵਰ ਦੇ ਨੀਚੇ ਮੌਜੂਦ ਹਾਂ, ਜਿੱਥੇ ਕਿ ਇੱਕ ਡੈੱਡ ਬੋਡੀ ਮਿਲਦੀ ਹੈ। ਜੀ ਹਾਂ, ਡੈੱਡ ਬੋਡੀ ਮਿਲਦੀ ਹੈ। ਇੱਕ ਜਾਣਕਾਰੀ ਅਨੁਸਾਰ ਇੱਕ ਸੂਟਕੇਸ ਦੇ ਵਿੱਚ ਡੈੱਡ ਬੋਡੀ ਮਿਲਦੀ ਹੈ। ਇੱਕ ਡੈੱਡ ਬੋਡੀ ਹੈ ਜਿਹੜੇ ਨੇ ਹਿੱਸੇ ਦੋ ਹਿੱਸੇ ਕੀਤੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਹਿੱਸਾ ਉੱਪਰ ਬਰਾਮਦ ਹੁੰਦਾ ਹੈ ਅਤੇ ਇੱਕ ਹਿੱਸਾ ਨੀਚੇ ਪੱਟੀਆਂ ਕੋਲ ਬਰਾਮਦ ਹੁੰਦਾ ਹੈ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇੱਕ ਰਾਹਗੀਰ ਨੇ ਪੁਲਿਸ ਨੂੰ ਦੇਖਿਆ ਕਿ ਇੱਕ ਜਿਹੜੀ ਹੈ ਡੈੱਡ ਬੋਡੀ ਜਿਹੜੀ ਹੈ ਸੂਟਕੇਸ ਦੇ ਵਿੱਚ ਪਈ ਹੋਈ ਮਿਲੀ ਅਤੇ ਮੌਕੇ 'ਤੇ ਉਹਨੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ। ਮੌਕੇ 'ਤੇ ਇੱਥੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚੀ। ਉਹਨਾਂ ਨੇ ਇਹ ਤਫਤੀਸ਼ ਕੀਤੀ ਕਿ ਡੈੱਡ ਬੋਡੀ ਜਿਹੜੀ ਹੈ ਕਿਹਦੀ ਹੈ, ਮੁੰਡਾ ਹੈ ਜਾਂ ਕੁੜੀ ਹੈ। ਇਸਦੇ 'ਤੇ ਮੌਕੇ 'ਤੇ ਵੱਡੇ ਸੀਨੀਅਰ ਅਧਿਕਾਰੀਆਂ ਨੂੰ ਇਤਲਾਹ ਦਿੱਤੀ। ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ, ਇਹਦੀ ਜਾਂਚ ਪੜਤਾਲ ਕੀਤੀ। ਉਸ ਤੋਂ ਬਾਅਦ ਡੈੱਡ ਬੋਡੀ ਨੂੰ ਜਿਹੜਾ ਹੈ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ। ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਧੜ ਅਲੱਗ ਅਲੱਗ ਹੈਗਾ। ਸਿਰ ਉੱਪਰ ਸੀਗਾ, ਧੜ ਥੱਲੇ ਸਿੱਟਿਆ ਹੋਇਆ ਸੀ, ਕਿਸੇ ਬੈਗ 'ਚ ਪਾਇਆ ਹੋਇਆ ਸੀ। ਸੋ ਉਹਦੀ ਤਹਿਕੀਕਾਤ ਕਰ ਰਹੇ ਹਾਂ, ਤਹਿਕੀਕਾਤ ਕਰਨ ਤੋਂ ਬਾਅਦ ਸਾਰੀ ਗੱਲ ਪਤਾ ਲੱਗੀ। ਸਰ ਕਿਹੜੀ ਜਗ੍ਹਾ 'ਤੇ ਮਿਲਿਆ ਡੈੱਡ ਬੋਡੀ? ਇਹ ਆ ਜਿਹੜਾ ਤੁਸੀਂ ਖੜ੍ਹੇ ਹੋ, ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ, ਰੇਲਵੇ ਬ੍ਰਿਜ ਦੇ ਉੱਪਰ ਸੀਗਾ ਅਤੇ ਜਿਹੜਾ ਥੱਲੇ ਵਾਲਾ ਧੜ ਸੀਗਾ ਉਹ ਥੱਲੇ। ਸਰ ਕਿਸੇ ਰਾਹਗੀਰ ਨੇ ਇਨਫੋਰਮੇਸ਼ਨ ਦਿੱਤੀ ਗਈ ਇਹਦੀ? ਹਾਂ, ਕਿਸੇ ਵੱਲੋਂ ਇਨਫੋਰਮੇਸ਼ਨ ਬੈਗ ਦੇਖ ਕੇ ਦਿੱਤੀ ਗਈ ਹੈ, ਉਹਦੇ ਆਧਾਰ 'ਤੇ ਤਹਿਕੀਕਾਤ। ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਾਤ ਤੋਂ ਬਾਅਦ ਹੀ ਪਤਾ ਲੱਗੂਗੀ। ਹੋਸਪਿਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾਂਗੇ। ਹਾਂ, ਦੋ ਹਿੱਸਿਆਂ 'ਚ।